ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਡੀਡੀ ਪੰਜਾਬੀ ਦੇ ਇਸ ਮੰਚ 'ਤੇ ਔਰ ਡੀਡੀ ਪੰਜਾਬੀ ਦੇ ਇਸ ਮੰਚ 'ਤੇ ਇਸ ਚੈਨਲ 'ਤੇ ਅਸੀਂ ਹਰ ਵਾਰ ਇੱਕ ਵੀਜ਼ਾ ਐਕਸਪਰਟ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਜੋ ਮਾਰਕੀਟ ਦੇ ਵਿੱਚ ਟ੍ਰੈਂਡ ਚੱਲ ਰਿਹਾ, ਸਿਨੈਰੀਓ ਚੱਲ ਰਿਹਾ, ਖਾਸ ਕਰ ਕੈਨੇਡਾ 'ਤੇ, ਉਹਦੇ ਬਾਰੇ ਵੀ ਇਨਫੋਰਮੇਸ਼ਨ ਦਈਏ। ਸੋ ਪਿਛਲੇ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਰਿਫਿਊਜ਼ਲ ਵਾਲੇ ਬੱਚਿਆਂ ਲਈ, ਜਿਨ੍ਹਾਂ ਦਾ ਰਿਫਿਊਜ਼ ਹੋ ਚੁੱਕਿਆ ਵੀਜ਼ਾ, ਰਿਫਿਊਜ਼ਲ ਤੋਂ ਬਾਅਦ ਤੁਸੀਂ ਕਿਵੇਂ ਵੀਜ਼ਾ ਲੈ ਸਕਦੇ ਹੋ। ਸੋ ਅੱਜ ਜਨਵਰੀ ਇਨਟੇਕ ਵਾਲੇ ਬੱਚਿਆਂ ਦੀ ਗੱਲਬਾਤ ਕਰਾਂਗੇ, ਜਿਨ੍ਹਾਂ ਜਨਵਰੀ ਸੈਸ਼ਨ ਵੀਜ਼ੇ ਅਪਲਾਈ ਕੀਤੇ ਸੀ। ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ਹਾਲੇ ਤੱਕ ਆਫਰ ਲੈਟਰਸ ਦੀ ਵੇਟ ਕਰ ਰਹੇ ਨੇ, ਔਰ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਹੜੇ ਆਫਰ ਲੈਟਰਸ ਤੋਂ ਬਾਅਦ ਵੀਜ਼ਾ ਵੀ ਹਾਸਲ ਕਰ ਚੁੱਕੇ ਨੇ। ਖਾਸ ਸ਼ੋਅ ਨਾਲ ਹੀ ਰਹੇਗਾ ਜਿਨ੍ਹਾਂ ਦੀ ਆਫਰ ਲੈਟਰਸ ਨਹੀਂ ਆ ਰਹੀਆਂ, ਕਿਵੇਂ ਜਲਦੀ ਆਫਰ ਲੈਟਰ ਲੈ ਸਕਦੇ ਨੇ, ਕਿਵੇਂ ਘੱਟ ਨੰਬਰਾਂ ਦੇ ਨਾਲ ਕੈਨੇਡਾ ਦਾ ਵੀਜ਼ਾ ਲੈ ਸਕਦੇ ਨੇ। ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਵੀਜ਼ਾ ਐਕਸਪਰਟ ਜੇਪੀ ਸਿੰਘ ਜੀ, ਔਰ ਨਾਲ ਦੇ ਸਾਡੇ ਨਾਲ ਸਟੂਡੈਂਟ ਵੀ ਹਾਜ਼ਰ ਨੇ ਜਿਨ੍ਹਾਂ ਨੇ ਹਾਲ ਹੀ ਵਿੱਚ ਜਨਵਰੀ ਸੈਸ਼ਨ ਲਈ ਵੀਜ਼ਾ ਹਾਸਲ ਕੀਤਾ। ਸੋ ਰਵਨੀਤ ਸਿੰਘ ਸਟੂਡੈਂਟ ਸਾਡੇ ਨਾਲ ਹਾਜ਼ਰ ਨੇ ਸਟੂਡੀਓ ਵਿੱਚ। ਰਵਨੀਤ ਸਿੰਘ ਜੀ ਔਰ ਜੇਪੀ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਸਟੂਡੀਓ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਜੇਪੀ ਸਿੰਘ ਜੀ, ਤੁਹਾਡੇ ਤੋਂ ਸ਼ੁਰੂਆਤ ਕਰਾਂਗੇ। ਅੱਜ ਬਹੁਤ ਸਾਰੇ ਕੰਸਲਟੈਂਟ ਆ ਗਏ ਇੱਥੇ ਮੰਚ 'ਤੇ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਪਰ ਅਲਟੀਮੇਟਲੀ ਜਦੋਂ ਵਿਦਿਆਰਥੀ ਸਟੂਡੈਂਟ ਜਦੋਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਲਈ ਜਾਂਦਾ ਤਾਂ ਆਫਰ ਲੈਟਰ ਦੀ ਦੋ ਦੋ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਵੇਟ ਕਰਨੀ ਪੈਂਦੀ ਹੈ। ਇੰਨੀ ਲੰਬੀ ਵੇਟ ਤੋਂ ਬਾਅਦ ਇਨਟੇਕ ਜਿਹੜਾ ਪਹੁੰਚ ਜਾਂਦਾ, ਫਿਰ ਨੈਕਸਟ ਇਨਟੇਕ ਔਰ ਨੈਕਸਟ ਇਨਟੇਕ। ਸਤੰਬਰ ਇਨਟੇਕ ਦਾ ਵਾਅਦਾ ਕਰਕੇ ਜਨਵਰੀ ਇਨਟੇਕ ਵੀ ਨਿਕਲ ਗਿਆ ਅਤੇ ਹੁਣ ਮਈ ਇਨਟੇਕ ਦੀ ਜਿਹੜੇ ਹੈ ਉਹ ਆਫਰ ਲੈਟਰਸ ਦੀ ਗੱਲ ਕਹੀ ਜਾ ਰਹੀ ਹੈ। ਸੋ ਕੀ ਬਾਕੀ ਕੈਨੇਡਾ ਇੰਨਾ ਟਾਈਮ ਲਗਾ ਰਿਹਾ, ਦੋ ਦੋ ਤਿੰਨ ਤਿੰਨ ਮਹੀਨੇ ਲਾ ਰਿਹਾ ਆਫਰ ਲੈਟਰਸ ਦੇ? ਮਨੀਸ਼ ਜੀ, ਸਾਡਾ ਇਹ ਜਿਹੜਾ ਸ਼ੋਅ ਕਰਨ ਦੇ ਮਕਸਦ ਇਹ ਹੁੰਦੇ ਆ ਕਿ ਹਰ ਇੱਕ ਜਿਹੜੇ ਵੀ ਸਾਡੇ ਦਰਸ਼ਕ ਨੇ ਜਿਹੜੇ ਸਾਡੇ ਸ਼ੋਅ ਨੂੰ ਪਿਆਰ ਕਰਦੇ, ਉਹਨਾਂ ਨੂੰ ਅਸੀਂ ਇਸ ਸ਼ੋਅ ਦੇ ਜ਼ਰੀਏ ਇੱਕ ਓਰਿਜਿਨਲ ਇਨਫੋਰਮੇਸ਼ਨ ਦੇ ਸਕੀਏ। ਸਾਡੇ ਦੁਆਰਾ ਬੋਲੀ ਹੋਈ ਗੱਲ 'ਤੇ ਕਈ ਵਾਰ ਕਲਾਇੰਟ ਯਕੀਨ ਨਹੀਂ ਕਰਦਾ, ਬਟ ਅੱਜ ਸਟੂਡੈਂਟ ਨੂੰ ਸਟੂਡੀਓ 'ਚ ਲਿਆਉਣ ਦਾ ਇਹ ਮਕਸਦ ਹੈਗਾ ਕਿ ਜੋ ਸਟੂਡੈਂਟ ਬੋਲ ਕੇ ਦੱਸੇਗਾ ਉਹ ਬਿਲਕੁਲ ਹੀ ਸੱਚ ਹੋਵੇਗਾ। ਮੇਰੇ ਨਾਲ ਜਿਹੜੇ ਸਟੂਡੈਂਟ ਮੌਜੂਦ ਨੇ ਜਿਨ੍ਹਾਂ ਦਾ ਵੀਜ਼ਾ ਆਇਆ, ਇਹ ਸਾਡੇ ਕੋਲ ਇਨਫੋਰਮੇਸ਼ਨ ਲੈਣ ਲਈ ਆਏ। ਇਹਨਾਂ ਨੇ ਕਿ ਪੁੱਛਿਆ ਕਿ ਕੈਨੇਡਾ ਜਾਣਾ ਔਰ ਸਾਨੂੰ ਆਫਰ ਲੈਟਰ ਮਿਲ ਜਾਏਗੀ। ਸਾਡੇ ਕੋਲ ਕੁਛ ਗਵਰਨਮੈਂਟ ਕਾਲਜ ਦੀਆਂ ਸੀਟਾਂ ਅਵੇਲੇਬਲ ਸੀ, ਅਸੀਂ ਕਿਹਾ ਆਫਰ ਲੈਟਰ ਕੀ ਤੁਹਾਨੂੰ ਸਿੱਧੀ ਲੈਟਰ ਆਫ ਅਸੈਪਟੈਂਸ ਹੀ ਮਿਲ ਜਾਏਗੀ, ਤੁਸੀਂ ਰੈਡੀ ਹੋ ਜਾਣ ਲਈ। ਇਹਨਾਂ ਨੇ ਕਿਹਾ ਰੈਡੀ ਹਾਂ ਜੀ। ਇਹਨਾਂ ਨੇ ਫੀਸ ਪੇ ਕੀਤੀ, ਨੈਕਸਟ ਡੇ ਹੀ ਲੈਟਰ ਆਫ ਅਸੈਪਟੈਂਸ ਜਿਹੜੀ ਆ ਉਹ ਅਸੀਂ ਇਹਨਾਂ ਨੂੰ ਲੈ ਕੇ ਦੇ ਦਿੱਤੀ ਔਰ 14 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ। ਔਰ ਬੜੇ ਦੁੱਖ ਦੀ ਗੱਲ ਆ ਕਿ ਇਹਨਾਂ ਨੇ ਬਹੁਤ ਹੋਰਨਾਂ ਕੰਸਲਟੈਂਟਾਂ ਤੋਂ ਵੀ ਅਪਲਾਈ ਕੀਤਾ ਅਤੇ ਲੱਖ ਸਵਾ ਲੱਖ ਰੁਪਈਆ ਬਹੁਤ ਸਾਰੇ ਕਾਲਜਾਂ ਦੀ ਆਫਰ ਲੈਟਰ ਅਪਲਾਈ ਕਰ ਕਰਕੇ ਇਹਨਾਂ ਨੇ ਵੇਸਟ ਕਰ ਦਿੱਤਾ। ਅੱਜ ਦੀ ਡੇਟ ਤੱਕ ਇਹਨਾਂ ਦੀ ਆਫਰ ਲੈਟਰ ਨਹੀਂ ਆਈ, ਬਟ ਜਦੋਂ ਇਹਨਾਂ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਇੱਕ ਦਿਨ ਦੇ ਵਿੱਚ LOA ਲਈ ਕੋਨਸਟੋਗਾ ਕਾਲਜ ਦੀ, ਔਰ ਅੱਜ ਇਹਨਾਂ ਦਾ ਵੀਜ਼ਾ ਵੀ ਆ ਗਿਆ ਹੈਗਾ। ਔਰ ਪੁਰਾਣੇ ਕੰਸਲਟੈਂਟ ਅੱਜ ਵੀ ਇਹਨਾਂ ਨੂੰ ਇਹੀ ਵਿਸ਼ਵਾਸ ਦੇ ਰਹੇ ਆ ਕਿ ਜਨਵਰੀ ਇਨਟੇਕ 'ਚ ਬਹੁਤ ਜ਼ਿਆਦਾ ਰਸ਼ ਸੀ, ਤੁਹਾਨੂੰ ਸੀਟਾਂ ਨਹੀਂ ਮਿਲਣੀਆਂ, ਮਈ ਇਨਟੇਕ ਦੇ ਵਿੱਚ ਤੁਹਾਡੀ ਆਫਰ ਲੈਟਰ ਆਏਗੀ ਅਤੇ ਫਿਰ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ। ਬਟ ਅੱਜ ਸਟੂਡੈਂਟ ਨੂੰ ਬਹੁਤ ਮੁਬਾਰਕਬਾਦ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵੱਲੋਂ ਕਿ ਤੁਹਾਡੀ LOA ਵੀ ਇੱਕ ਦਿਨ 'ਚ ਆ ਗਈ, ਅੱਜ ਤੁਹਾਡਾ ਵੀਜ਼ਾ ਤੁਹਾਡੇ ਕੋਲ ਆ। ਮੈਂ ਚਾਹਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਪਾਸਪੋਰਟ ਦਿਖਾਓ ਔਰ ਇਹਦੇ ਬਾਰੇ ਕੁਛ ਦੱਸੋ ਕਿ ਤੁਹਾਨੂੰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਸਰਵਿਸਿਜ਼ ਕਿੱਦਾਂ ਦੀਆਂ ਲੱਗੀਆਂ, ਕੀ ਜੋ ਮੈਂ ਗੱਲ ਕਹਿ ਰਿਹਾ ਉਹ ਸੱਚ ਆ? ਹਾਂਜੀ, ਇਹ ਰਿਹਾ ਮੇਰਾ ਵੀਜ਼ਾ ਅਤੇ ਜੋ ਵੀ ਸਰ ਕਹਿ ਰਹੇ ਸਭ ਕੁਝ ਸੱਚ ਹੈ। ਮੇਰੀ ਇੱਕ ਦਿਨ 'ਚ LOI ਆ ਗਈ ਕਿ ਜਿਹੜੇ ਮੈਂ ਪਹਿਲਾਂ ਕੰਸਲਟੈਂਟ ਤੋਂ ਆਫਰ ਲੈਟਰ ਅਪਲਾਈ ਕੀਤੀ ਸੀ ਉਹਨਾਂ ਨੇ ਪਹਿਲਾਂ ਜਨਵਰੀ ਬੈਚ ਦਾ ਕਿਹਾ, ਫਿਰ ਮਹੀਨੇ ਬਾਅਦ ਉਹਨਾਂ ਦਾ ਫੋਨ ਆ ਗਿਆ ਕਿ ਨਹੀਂ ਜਨਵਰੀ ਬੈਚ ਬਹੁਤ ਰਸ਼ ਹੈ ਅਤੇ ਇਸ ਕਰਕੇ ਤੇਰਾ ਵੀਜ਼ਾ ਹੁਣ ਮਈ ਇਨਟੇਕ ਲਈ ਆਪਾਂ ਅਪਲਾਈ ਕਰਾਂਗੇ। ਉਹਨਾਂ ਕੋਲੋਂ ਅੱਜ ਤੱਕ ਮੇਰੀ ਆਫਰ ਲੈਟਰ ਨਹੀਂ ਆਈ ਅਤੇ ਜਦਕਿ ਸਰ ਨੇ ਇੱਕ ਦਿਨ 'ਚ ਮੇਰੀ ਲੈਟਰ ਆਫ ਅਸੈਪਟੈਂਸ ਮੈਨੂੰ ਲਿਆ ਕੇ ਦਿੱਤੀ। ਮੈਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਅੱਜ ਮੇਰਾ ਵੀਜ਼ਾ ਮੇਰੇ ਦੂਸਰੇ ਕੰਸਲਟੈਂਟ ਕੋਲ ਜੋ ਤੁਸੀਂ ਅਪਲਾਈ ਕੀਤਾ, ਕਿੰਨੇ ਪੈਸੇ ਖਰਾਬ ਕੀਤੇ ਸੀ ਆਪਣੇ ਆਫਰ? ਅਸੀਂ ਜਦੋਂ ਦੂਜੇ ਕੰਸਲਟੈਂਟ ਤੋਂ ਅਪਲਾਈ ਕੀਤਾ ਉਹਨਾਂ ਨੇ ਸਾਡੇ ਕੋਲੋਂ 4 ਕਾਲਜ ਦੀ ਆਫਰ ਲੈਟਰ ਅਪਲਾਈ ਕਰਨ ਵਾਸਤੇ ਪੈਸੇ ਲਏ ਸੀ, ਉਹਨਾਂ ਨੇ ਸਾਡੇ ਕੋਲ 1 ਲੱਖ ਰੁਪਈਆ ਲਿਆ ਸੀ। 1 ਲੱਖ ਰੁਪਏ ਲਿਆ ਸੀ ਔਰ ਜਦੋਂ ਚਾਰੇ ਕਾਲਜਿਸ ਦੀ ਆਫਰ ਲੈਟਰ ਦਾ ਵਾਅਦਾ ਜਿਹੜਾ ਜਨਵਰੀ ਸੈਸ਼ਨ ਲਈ ਕੀਤਾ ਗਿਆ ਸੀ? ਹਾਂਜੀ। ਔਰ ਜਨਵਰੀ ਸੈਸ਼ਨ ਵਿੱਚ ਤੁਹਾਡੀ ਆਫਰ ਲੈਟਰਸ ਨਹੀਂ ਆਈ? ਨਹੀਂ ਆਈ। ਫਿਰ ਕਿਵੇਂ ਯਕੀਨ ਬਣ ਗਿਆ ਕਿ ਇੱਕ ਕੰਸਲਟੈਂਟ ਨੂੰ ਤੁਸੀਂ 1 ਲੱਖ ਰੁਪਏ ਦਿੱਤਾ ਹੈ, 4 ਕਾਲਜ ਤੋਂ ਉਹਨੇ ਆਫਰ ਲੈਟਰ ਅਪਲਾਈ ਕੀਤੀ, ਤੁਹਾਡੀ ਆਫਰ ਲੈਟਰ ਨਹੀਂ ਆਈ, ਅਤੇ ਕੈਂਬਰਿਜ ਵਾਲਿਆਂ 'ਤੇ ਭਰੋਸਾ ਕਿਵੇਂ ਬਣਿਆ ਕਿ ਇੱਕ ਦਿਨ 'ਚ ਆਫਰ ਲੈਟਰ ਜਾਂ LOA ਆਏਗੀ? ਮੈਂ ਬਹੁਤ ਪਰੇਸ਼ਾਨ ਸੀਗਾ ਜਦੋਂ ਮੇਰੀ ਆਫਰ ਲੈਟਰ ਨਹੀਂ ਸੀ ਆ ਰਹੀ ਅਤੇ ਆਪਾਂ ਫਿਰ ਫੇਸਬੁੱਕ ਪੇਜ ਚੈੱਕ ਕੀਤਾ ਕੈਂਬਰਿਜ ਵਾਲਿਆਂ ਦਾ, ਇਹਨਾਂ ਦੇ ਬਹੁਤ ਸਾਰੇ ਵੀਜ਼ੇ ਆ ਰਹੇ ਸੀ। ਆਪਾਂ ਫਿਰ ਇਹਨਾਂ ਨਾਲ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ, ਇਹਨਾਂ ਨੇ ਬਹੁਤ ਵਧੀਆ ਸਾਨੂੰ ਟ੍ਰੀਟ ਕੀਤਾ ਅਤੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਤੁਹਾਡਾ ਵੀਜ਼ਾ ਜਨਵਰੀ ਬੈਚ ਦਾ ਹੀ ਆ ਸਕਦਾ ਅਤੇ ਆਪਾਂ ਇਹਨਾਂ 'ਤੇ ਭਰੋਸਾ ਦਿਖਾਇਆ ਅਤੇ ਅੱਜ ਮੇਰਾ ਵੀਜ਼ਾ ਮੇਰੇ ਕੋਲ ਆ। ਜਦੋਂ ਵੀਜ਼ਾ ਅਪਰੂਵਲ ਦੀ ਲੈਟਰ ਆਈ ਹੈ, ਅਪਰੂਵਲ ਦੀ ਕਾਲ ਆਈ, ਤਾਂ ਕਿਵੇਂ ਦਾ ਮਹਿਸੂਸ ਹੋਇਆ, ਪਰਿਵਾਰ ਵਿੱਚ ਕਿਵੇਂ ਦੀ ਖੁਸ਼ੀ ਸੀ? ਸਭ ਤੋਂ ਜ਼ਿਆਦਾ ਮੇਰੇ ਮੰਮੀ ਖੁਸ਼ ਹੋਏ ਕਿਉਂਕਿ
ਤੇ ਮੇਰੀ ਇਹ ਸੁਪਨਾ ਪੂਰਾ ਕੀਤਾ ਜੇਪੀ ਸਰ ਨੇ ਜੀ। ਔਰ ਤੁਹਾਡਾ ਪ੍ਰੋਫਾਈਲ ਕੀ ਸੀ, ਤੁਸੀਂ ਪਲੱਸ ਟੂ 2017 'ਚ ਪਾਸ ਕੀਤੀ ਜਾਂ 18 'ਚ ਪਾਸ ਕੀਤੀ? ਮੈਂ 2018 'ਚ ਪਾਸ ਕੀਤੀ। 2018 ਪਾਸ ਕੀਤੀ, ਔਰ ਨੰਬਰ ਕਿੰਨੇ ਸੀ ਪਲੱਸ ਟੂ ਦੇ ਵਿੱਚੋਂ? ਮੇਰੇ 55% ਸੀਗੇ। ਕਿਸੇ ਸਬਜੈਕਟ ਵਿੱਚੋਂ ਘੱਟ ਨੰਬਰ ਵੀ ਸੀ? ਹਾਂਜੀ, ਮੇਰੇ ਮੈਥਸ ਵਿੱਚੋਂ 43 ਨੰਬਰ ਸੀ। ਔਰ 55% ਨੰਬਰਾਂ ਦੇ ਨਾਲ ਮੈਥਸ ਦੇ ਵਿੱਚੋਂ 43 ਨੰਬਰ, ਉਮੀਦ ਸੀ ਕਿ ਵੀਜ਼ਾ ਆਜੂਗਾ? ਨਹੀਂ, ਮੈਨੂੰ ਬਿਲਕੁਲ ਵੀ ਬਹੁਤ ਥੋੜ੍ਹੀ ਉਮੀਦ ਸੀ। ਫਿਰ ਮੇਰੀ ਉਮੀਦ ਜਾਗੀ ਜਦੋਂ ਮੈਂ ਜੇਪੀ ਸਰ ਕੋਲ ਆਇਆ ਅਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੇਰਾ ਵੀਜ਼ਾ ਆ ਜਾਏਗਾ ਜੀ। ਸੋ ਜੇਪੀ ਸਰ, ਜਦੋਂ ਚੰਗੇ ਨੰਬਰ ਹੁੰਦੇ ਬੱਚੇ ਦੇ, 65-70% ਨੰਬਰ ਹੁੰਦੇ ਨੇ, 7 ਬੈਂਡ ਹੁੰਦੇ ਨੇ, 6.5 ਬੈਂਡ ਹੁੰਦੇ ਨੇ, ਹਰ ਕੋਈ ਕੰਸਲਟੈਂਟ ਕੇਸ ਪੜ੍ਹਨ ਲਈ ਤਿਆਰ ਹੋ ਜਾਂਦਾ ਹੈ। ਇਸ ਕੇਸ ਦੇ ਵਿੱਚ ਬੱਚਾ 18 ਪਾਸ ਸੀ ਬਟ ਨੰਬਰ 55% ਸੀ, 6.5 ਬੈਂਡ ਸੀ ਔਰ ਨੋਟ ਲੈਸ ਦੈਨ 6 ਬੈਂਡ ਸੀ। ਪ੍ਰੋਫਾਈਲ ਜ਼ਰੂਰ ਐਸ ਡੀ ਐਸ ਬਣਦਾ ਸੀ ਪਰ ਮੈਥ ਦੇ ਵਿੱਚੋਂ 43 ਨੰਬਰ ਸੀ। ਕੀ ਉਮੀਦ ਸੀ ਕਿ ਤੁਹਾਨੂੰ ਵੀਜ਼ਾ ਆਜੇਗਾ? ਜਿਵੇਂ ਕਿ ਸਟੂਡੈਂਟ ਨੇ ਤੁਹਾਨੂੰ ਦੱਸਿਆ ਕਿ ਇਹਨੇ ਬਹੁਤ ਸਾਰੇ ਕਾਲਜਾਂ ਦੇ ਵਿੱਚ ਆਫਰ ਲੈਟਰ ਅਪਲਾਈ ਕੀਤੀ, ਆਫਰ ਲੈਟਰ ਨਾ ਆਉਣ ਦਾ ਕਾਰਨ ਇੱਕ ਤਾਂ ਘੱਟ ਪਰਸੈਂਟੇਜ ਸੀ, ਬਹੁਤ ਸਾਰੇ ਕਾਲਜਾਂ ਦੇ ਵਿੱਚ ਆਫਰ ਲੈਟਰ ਅਪਲਾਈ ਕਰਕੇ ਬੱਚਾ ਜਿਹੜਾ ਹੈਗਾ ਉਹ ਆਪਣੇ ਪੈਸੇ ਵੇਸਟ ਕਰ ਚੁੱਕਾ ਸੀ। ਜਦੋਂ ਸਾਡੇ ਕੋਲ ਇਹੋ ਜਿਹੇ ਨਿਰਾਸ਼ ਕਲਾਇੰਟ ਆਉਂਦੇ ਨੇ ਉਦੋਂ ਬਹੁਤ ਸਾਰਾ ਸਾਡੇ ਲਈ ਵੀ ਚੈਲੰਜ ਹੁੰਦਾ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਸੈਟਿਸਫਾਈ ਕਰਾਉਣਾ। ਇਹਨਾਂ ਤੋਂ ਅਸੀਂ ਕੋਈ ਵੀ ਪੈਸਾ ਜਿਹੜਾ ਹੈਗਾ ਆਫਰ ਲੈਟਰ ਲਈ ਨਹੀਂ ਮੰਗਿਆ, ਅਸੀਂ ਕਿਹਾ ਤੁਹਾਨੂੰ ਅਸੀਂ ਆਫਰ ਲੈਟਰ ਖੁਦ ਲੈ ਕੇ ਦੇਵਾਂਗੇ, ਤੁਸੀਂ ਸਿਰਫ ਲੈਟਰ ਆਫ ਅਸੈਪਟੈਂਸ ਦੇ ਪੈਸੇ ਰੈਡੀ ਕਰੋ, ਇਹ ਟ੍ਰਾਂਸਫਰ ਕਰੋ, ਤੁਹਾਨੂੰ ਇੱਕ ਦਿਨ ਦੇ ਵਿੱਚ ਲੈਟਰ ਆਫ ਅਸੈਪਟੈਂਸ ਲੈ ਕੇ ਦੇਵਾਂਗੇ। ਕਿਉਂਕਿ ਸਾਡੇ ਕੋਲ ਕੁਛ ਜਿਹੜੇ ਕਾਲਜ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਸੀਟਾਂ ਆਪਣੀਆਂ ਜਿਹੜੀਆਂ ਐਕਸਕਲੂਸਿਵ ਲੈ ਕੇ ਰੱਖਦੇ ਹਾਂ ਤਾਂ ਕਿ ਅਸੀਂ ਆਪਣੇ ਕਲਾਇੰਟ ਨੂੰ ਸਰਵਿਸ ਦੇ ਚੱਕੀਏ। ਜੇ ਤੁਹਾਡੀ ਵੀ ਆਫਰ ਲੈਟਰ ਨਹੀਂ ਆ ਰਹੀ, ਤੁਸੀਂ ਪਰੇਸ਼ਾਨ ਹੋ, ਗੌਰਮੈਂਟ ਕਾਲਜ ਚਾਹੀਦਾ, ਤਾਂ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨਾਲ ਸੰਪਰਕ ਕਰ ਸਕਦੇ ਹੋ, ਸਾਡਾ ਅੰਮ੍ਰਿਤਸਰ ਅਤੇ ਜਲੰਧਰ ਆਫਿਸ ਹੈ। ਇੱਕ ਦਿਨ ਦੇ ਵਿੱਚ ਜਦੋਂ ਬੱਚੇ ਦੀ LOA ਆ ਗਈ ਤਾਂ ਇਹਨਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਚਮਤਕਾਰ ਕਿੱਦਾਂ ਹੋ ਗਿਆ। ਨੈਚੁਰਲੀ ਬੰਦੇ ਨੂੰ ਡਾਊਟ ਹੋਏਗਾ ਜਦੋਂ 1 ਸਾਲ ਤੋਂ ਧੱਕੇ ਖਾ ਰਿਹਾ ਆਫਰ ਲੈਟਰ ਲੈਣ ਲਈ, ਅਸੀਂ ਇੱਕ ਦਿਨ 'ਚ LOA ਲੈ ਕੇ ਦਿੱਤੀ। ਹੋ ਸਕਦਾ ਹੈ ਕਿ ਇਹਨਾਂ ਨੇ ਵੈਰੀਫਾਈ ਵੀ ਕੀਤਾ ਹੋਵੇ ਕਿ ਅਸਲੀ ਹੈ ਜਾਂ ਨਕਲੀ ਆ, ਇਹ ਤਾਂ ਸਟੂਡੈਂਟ ਹੀ ਦੱਸੇਗਾ। ਜਦੋਂ ਅਸੀਂ ਇਹਨਾਂ ਦਾ ਵੀਜ਼ਾ ਸਾਰਾ ਫਾਈਲ ਰੈਡੀ ਕਰਕੇ ਅੰਬੈਸੀ ਤੱਕ ਪਹੁੰਚਾਇਆ, ਹੁਣ ਇਹਦੇ 'ਚ ਚੈਲੰਜ ਸੀ ਕਿ ਇਹਨਾਂ ਦੀ ਅਕੈਡਮਿਕ ਸਕੋਰ ਲੋ ਸੀ, ਪ੍ਰੋਫਾਈਲ ਵੀਕ ਸੀ ਜੀ। ਬੱਚੇ ਨਾਲ ਪਰਸਨਲੀ ਗੱਲ ਕੀਤੀ, ਬੱਚੇ ਦਾ ਇੰਗਲਿਸ਼ ਲੈਵਲ ਵਧੀਆ ਸੀ। ਹੁਣ ਉਸ ਟਾਈਮ ਦੇ ਉੱਤੇ ਇਗਜ਼ਾਮ ਦੇ ਟਾਈਮ 'ਤੇ ਬੱਚਾ ਥੋੜ੍ਹਾ ਜਿਹਾ ਮਤਲਬ ਬੁਖਾਰ ਹੋਣ ਕਰਕੇ, ਕੋਈ ਪ੍ਰੋਬਲਮ ਹੋਣ ਕਰਕੇ ਸਟੱਡੀ 'ਤੇ ਜ਼ਿਆਦਾ ਜ਼ੋਰ ਨਹੀਂ ਦੇ ਸਕਿਆ। ਇਹ ਚੀਜ਼ਾਂ ਜੈਨੂਅਨਲੀ ਅਸੀਂ ਵੀਜ਼ਾ ਆਫਿਸਰ ਨੂੰ ਦੱਸੀਆਂ ਕਿ ਮੈਂ ਇੰਟੈਲੀਜੈਂਟ ਹਾਂ, ਮੇਰਾ ਪੜ੍ਹਨ 'ਚ ਇੰਟਰਸਟ ਆ, ਜਦੋਂ ਇਗਜ਼ਾਮ ਸੀ ਉਸ ਵੇਲੇ ਥੋੜ੍ਹਾ ਜਿਹਾ ਮੈਨੂੰ ਪ੍ਰੋਬਲਮ ਹੋਣ ਕਰਕੇ ਮੈਂ ਆਪਣਾ ਸਟੱਡੀ 'ਤੇ ਫੋਕਸ ਨਹੀਂ ਕਰ ਸਕਿਆ ਔਰ ਮੈਂ ਇਹ ਜਿਹੜੀ ਹੈਗੀ ਆ ਦੁਬਾਰਾ ਅੱਗੇ ਫਰਦਰ ਸਟੱਡੀ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਕੰਟੀਨਿਊ ਕਰਨਾ ਚਾਹੁੰਦਾ। ਅਤੇ ਇਹ ਸਾਰੀਆਂ ਜੈਨੂਅਨ ਚੀਜ਼ਾਂ ਜਦੋਂ ਅਸੀਂ SOP ਦੇ ਵਿੱਚ ਦੱਸੀਆਂ ਅਤੇ ਅੰਬੈਸੀ ਨੇ 14 ਦਿਨ ਦੇ ਵਿੱਚ ਬੱਚੇ ਦਾ ਵੀਜ਼ਾ ਅਪਰੂਵ ਕਰ ਦਿੱਤਾ ਹੈਗਾ ਔਰ ਬੱਚਾ ਅੱਜ ਤੁਹਾਡੇ ਸਾਹਮਣੇ ਖੁਸ਼ ਆ ਔਰ ਪੂਰਾ ਹੋਇਆ। ਰਵਨੀਤ ਦੀ ਖੁਸ਼ੀ ਉਹਦੇ ਚਿਹਰੇ ਤੋਂ ਚਲਕ ਰਹੀ ਹੈ। ਸੋ ਰਵਨੀਤ, ਬਹੁਤ ਸਾਰੇ ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਹਜੇ ਆਫਰ ਲੈਟਰਸ ਨਹੀਂ ਆ ਰਹੀਆਂ, ਕੀ ਸੁਨੇਹਾ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ, ਕੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਲੱਗਦਾ ਕਿ ਉਹਨਾਂ ਦੀ ਹੈਲਪ ਵੀ ਕਰ ਸਕਦਾ ਜਿਵੇਂ ਤੁਹਾਡੀ ਹੈਲਪ ਕੀਤੀ? ਮੈਂ ਸਾਰੇ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ, ਜੇ ਕਿਸੇ ਦੀ ਆਫਰ ਲੈਟਰ ਨਹੀਂ ਆ ਰਹੀ, ਇੱਕ ਵਾਰੀ ਜ਼ਰੂਰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ 'ਚ ਆ ਕੇ JP ਸਰ ਨੂੰ ਮਿਲੋ, ਉਹ ਤੁਹਾਡੀ ਆਫਰ ਲੈਟਰ ਲਿਆਉਣ 'ਚ ਪੂਰੀ ਕੋਸ਼ਿਸ਼ ਕਰਨਗੇ ਅਤੇ ਤੁਹਾਨੂੰ ਦਾਅਵਾ ਵੀ ਦੇ ਤੁਹਾਨੂੰ ਵਾਅਦਾ ਕਰਦੇ ਕਰਨਗੇ ਕਿ ਤੁਹਾਡਾ ਵੀਜ਼ਾ ਛੇਤੀ ਛੇਤੀ ਆ ਜਾਵੇ ਜੀ। ਸੋ ਰਵਨੀਤ ਸਿੰਘ ਸਾਡਾ ਸਟੂਡੀਓ ਵਿੱਚ ਹਾਜ਼ਰ ਨੇ, ਜਿਨ੍ਹਾਂ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਹਾਲ ਹੀ ਵਿੱਚ ਵੀਜ਼ਾ ਲਿਆ, ਇਹਨਾਂ ਦਾ 2018 ਪਾਸ ਸੀ, ਆਇਲਸ ਦੇ ਵੀ ਚੰਗੇ ਬੈਂਡ ਸੀ, 6.5 ਓਵਰਆਲ, ਨੋਟ ਲੈਸ ਦੈਨ 6 ਬੈਂਡ ਸੀ। ਪਰ ਇਹਨਾਂ ਦੇ ਪ੍ਰੋਫਾਈਲ ਦੇ ਵਿੱਚ ਨੈਗੇਟਿਵ ਪੁਆਇੰਟ ਕੀ ਸੀ, ਵੀਕ ਕੀ ਸੀ ਕਿ ਇਹਨਾਂ ਦੇ 55% ਨੰਬਰ ਸੀ ਪਲੱਸ ਟੂ ਦੇ ਵਿੱਚੋਂ ਨੋਨ ਮੈਡੀਕਲ ਪਾਸ ਸੀ, ਮੈਥ ਦੇ ਵਿੱਚੋਂ ਘੱਟ ਨੰਬਰ ਸੀ। ਸੋ ਜੇ ਤੁਸੀਂ ਵੀ ਪਲੱਸ ਟੂ ਪਾਸ ਹੋ, ਨੰਬਰ ਤੁਹਾਡੇ ਥੋੜ੍ਹੇ, ਆਇਲਸ ਦੇ ਚੰਗੇ ਬੈਂਡ ਆ, ਦੇਖੋ ਵੀਜ਼ਾ ਦੋ ਚੀਜ਼ਾਂ ਨੂੰ ਉਧਾਰ ਬਣਾ ਕੇ ਮਿਲਦਾ, ਜਾਂ ਤੁਹਾਡੇ ਅਕੈਡਮਿਕ ਚੰਗੇ ਹੋਵੇ ਜਾਂ ਤੁਹਾਡਾ ਆਇਲਸ ਚੰਗਾ ਹੋਵੇ। ਰਵਨੀਤ ਦੇ ਕੇਸ ਵਿੱਚ ਆਇਲਸ ਚੰਗਾ ਸੀ, ਅਕੈਡਮਿਕ ਵੀਕ ਸੀ, ਪਰ ਅਕੈਡਮਿਕ ਕਿਉਂ ਵੀਕ ਸੀ ਉਸ ਬਾਰੇ ਅੰਬੈਸੀ ਨੂੰ ਸਮਝਾਇਆ ਗਿਆ, ਉਸਦੇ ਪ੍ਰੂਫ ਦਿੱਤੇ ਗਏ, ਅੱਜ ਇਹਦੇ 43 ਨੰਬਰ ਸੀ ਮੈਥ ਦੇ ਵਿੱਚੋਂ, ਉਸਦੇ ਬਾਵਜੂਦ ਰਵਨੀਤ ਦਾ ਵੀਜ਼ਾ ਆ ਗਿਆ। ਸੋ ਤੁਸੀਂ ਵੀ ਅਗਰ ਲੋ ਪ੍ਰੋਫਾਈਲ, ਤੁਹਾਡਾ ਆਇਲਸ ਚੰਗੇ ਆ, ਅਕੈਡਮਿਕ ਘੱਟ ਆ ਜਾਂ ਅਕੈਡਮਿਕ ਚੰਗਾ, ਆਇਲਸ ਘੱਟ ਆ, ਤਾਂ ਇੱਕ ਵਾਰ ਜ਼ਰੂਰ ਸਲਾਹ ਲੈ ਸਕਦੇ ਹੋ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਆ ਕੇ, ਅੰਮ੍ਰਿਤਸਰ ਆਫਿਸ ਜਾਂ ਫਿਰ ਜਲੰਧਰ ਆਫਿਸ। ਸੋ JP ਸਿੰਘ ਜੀ ਗੱਲਬਾਤ ਕਰ ਰਹੇ ਨੇ, ਸਾਡਾ ਸਟੂਡੀਓ ਵਿੱਚ ਹਾਜ਼ਰ ਨੇ, ਉਹ ਵੀ 9172311 ਨੰਬਰ 'ਤੇ ਕਾਲ ਕਰ ਸਕਦੇ ਹੋ ਜਾਂ ਫਿਰ 9172411 ਨੰਬਰ 'ਤੇ ਕਾਲ ਕਰ ਸਕਦੇ ਹੋ। ਸੋ JP ਸਿੰਘ ਜੀ, ਮੈਸੇਜ ਕੀ ਦੇਣਾ ਚਾਹੋਗੇ ਬੱਚਿਆਂ ਨੂੰ? ਮੈਂ ਇਹ ਸ਼ੋਅ ਦੇਖ ਰਹੇ ਦਰਸ਼ਕ ਜਿਹੜੇ ਦੇਖ ਰਹੇ ਨੇ ਔਰ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਅਤੇ ਇੱਕ ਪੰਜਾਬ ਸਰਕਾਰ ਤੋਂ ਰਜਿਸਟਰਡ ਕੰਸਲਟੈਂਟ ਦੀ ਹੀ ਚੋਣ ਕਰੋ ਔਰ ਇਹ ਜ਼ਰੂਰ ਚੈੱਕ ਕਰ ਲਓ ਕਿ ਉਸ ਕੰਸਲਟੈਂਟ ਤੋਂ ਲਾਇਸੈਂਸ ਹੈਗਾ
ਔਰ ਦੂਜੀ ਚੀਜ਼ ਇੰਪੋਰਟੈਂਟ ਆ ਕਿ ਜਦੋਂ ਵੀ ਤੁਸੀਂ ਕਿਸੇ ਤੋਂ ਫਾਈਲ ਲਗਾਉਂਦੇ ਹੋ ਇਹ ਜ਼ਰੂਰ ਉਹਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰੋ ਕਿ ਉਹ ਕਿਹੜੇ ਕਿਹੜੇ ਕਾਲਜਸ ਦੇ ਨਾਲ ਕੰਮ ਕਰਦਾ। ਇਹ ਚੈੱਕ ਕਰਨ ਦੀ ਜ਼ਰੂਰਤ ਤਾਂ ਪੈਂਦੀ ਆ ਜਿਵੇਂ ਕਿ ਸਟੂਡੈਂਟ ਨੇ ਜਿੱਥੋਂ ਆਇਲਸ ਕੀਤੀ ਉੱਥੋਂ ਹੀ ਆਪਣੀ ਫਾਈਲ ਲਗਾ ਦਿੱਤੀ, ਉਸ ਬੰਦੇ ਕੋਲ ਕਿਸੇ ਵੀ ਕਾਲਜ ਦੇ ਨਾਲ ਸਿੱਧਾ ਟਾਈਅਪਸ ਨਹੀਂ ਸੀ, ਔਰ ਜਿਹਦੇ ਕਰਕੇ ਕਾਫੀ ਬੱਚੇ ਨੂੰ ਹਰਾਸਮੈਂਟ ਹੋਈ ਔਰ ਲੱਖਾਂ ਰੁਪਈਏ ਆਫਰ ਲੈਟਰ ਲੈਣ ਦੀ ਖਾਤਰ ਵੀ ਇਹਨਾਂ ਨੇ ਬਰਬਾਦ ਕੀਤੇ। ਅਤੇ ਇਸ ਲਈ ਚੰਗੇ ਕੰਸਲਟੈਂਟ ਦੀ ਚੋਣ ਕਰੋ ਜਿਹਨੂੰ ਨੌਲੇਜ ਹੋਵੇ, ਜਿਹੜਾ ਵੈਲ ਐਜੂਕੇਟਡ ਹੋਵੇ, ਜਿਹਦਾ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਨਾਲ ਸਿੱਧਾ ਰਾਬਤਾ ਕਾਇਮ ਹੋਵੇ। ਇਹ ਜੇ ਸਾਰੀਆਂ ਚੀਜ਼ਾਂ ਕਿਸੇ ਕੰਸਲਟੈਂਟ ਤੋਂ ਹੈਗੀਆਂ ਤਾਂ ਤੁਸੀਂ ਉਹਨਾਂ ਤੋਂ ਫਾਈਲ ਲਗਾ ਸਕਦੇ ਹੋ। ਜੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਕਿਸੇ ਵੀ ਤਰ੍ਹਾਂ ਦੀ ਕੈਨੇਡਾ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ, ਮਈ ਇਨਟੇਕ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ, ਅੰਮ੍ਰਿਤਸਰ ਅਤੇ ਜਲੰਧਰ ਆਫਿਸ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ। ਜੀ, ਸੋ ਅੰਮ੍ਰਿਤਸਰ ਅਤੇ ਜਲੰਧਰ ਆਫਿਸ ਵਿੱਚ ਸੰਪਰਕ ਕਰ ਸਕਦੇ ਹੋ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਅੰਮ੍ਰਿਤਸਰ ਤੋਂ ਜੇ ਪੀ ਸੈਗੀ ਗੱਲਬਾਤ ਕਰ ਰਹੇ ਸੀ, 9172311 11, 9172411। ਸੋ ਰਵਨੀਤ ਸਿੰਘ ਜੀ ਸਟੂਡੀਓ ਵਿੱਚ ਆਏ, ਜੇ ਪੀ ਸਿੰਘ ਜੀ ਸਟੂਡੀਓ ਵਿੱਚ ਆਏ, ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗੁਰਮਿੰਦਰ ਸਿੰਘ ਹੈ ਅਤੇ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਅਤੇ ਮੈਂ ਦੋ ਵਾਰੀ ਪਹਿਲਾਂ ਵੀ ਕੈਨੇਡਾ ਤੋਂ ਰਿਫਿਊਜ਼ ਸੀ, ਅਤੇ ਮੈਂ ਫਿਰ ਆਪਣੇ ਫਰੈਂਡ ਕੋਲੋਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਬਾਰੇ ਸੁਣਿਆ, ਅਤੇ ਕਿਉਂਕਿ ਉਹਨਾਂ ਉਹਦੇ ਬ੍ਰਦਰ ਨੇ ਵੀ ਉੱਥੋਂ ਵੀਜ਼ਾ ਅਪਲਾਈ ਕੀਤਾ ਸੀ ਅਤੇ ਉਹਦਾ ਵੀਜ਼ਾ ਆ ਗਿਆ ਸੀ, ਅਤੇ ਫਿਰ ਮੈਂ ਜੇ ਪੀ ਸਰ ਨੂੰ ਜਾ ਕੇ ਉੱਥੇ ਮਿਲਿਆ, ਅਤੇ ਜੇ ਪੀ ਸਰ ਨੇ ਮਤਲਬ ਬਹੁਤ ਵਧੀਆ ਮੈਨੂੰ ਕੰਸਲਟ ਕੀਤਾ ਅਤੇ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਕਿ ਮਤਲਬ ਮੇਰਾ ਵੀਜ਼ਾ ਆਏਗਾ। ਫਿਰ ਮੈਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਥਰੂ ਮਤਲਬ ਵੀਜ਼ਾ ਅਪਲਾਈ ਕੀਤਾ, ਅਤੇ ਮੇਰਾ ਵੀਜ਼ਾ 14 ਡੇਜ਼ ਦੇ ਵਿੱਚ ਆ ਗਿਆ, ਇਹ ਰਿਹਾ ਮੇਰਾ ਵੀਜ਼ਾ। ਅਤੇ ਮੈਂ ਬਸ ਆਪਣੇ ਫਰੈਂਡਸ ਨੂੰ ਇਹ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਮਤਲਬ ਆਪਣਾ ਵੀਜ਼ਾ ਅਪਲਾਈ ਕਰਨਾ ਭਾਵੇਂ ਉਹ ਰਿਫਿਊਜ਼ ਵੀ ਨੇ, ਉਹ ਇੱਕ ਵਾਰੀ ਜ਼ਰੂਰ ਆ ਕੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੰਸਲਟ ਕਰਨ।